ਹਾਂਜੀ, ਮੈਂ ਅਮਨਦੀਪ ਸਿੰਘ ਹੈਗਾ ਜੀ, ਆਪਣਾ ਚੀਫ ਜੁਡੀਸ਼ਲ ਮੈਜਿਸਟ੍ਰੇਟ, ਸੈਕਟਰੀ ਕਮ CJM, ਸਕੱਤਰ ਫਾਜ਼ਿਲਕਾ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਤੋਂ ਜੀ। ਅੱਜ ਹਿੰਦੂ ਜਾਗਰਣ ਮੰਥ ਤੋਂ ਜੀ, ਜਿਹੜੀ ਅਯੋਧਿਆ ਵਿੱਚ ਮੰਦਰ ਦੀ ਸਥਾਪਨਾ ਹੋਈ ਹੈ ਉਹਦੀ ਉਦਘਾਟਨ ਹੋਣਾ ਹੈ ਜੀ 22 ਜਨਵਰੀ ਨੂੰ। ਉਹਦਾ ਨਿਮੰਤਰਣ ਦੇਣ ਆਏ ਜੀ ਪੀਲੇ ਚੌਲਾਂ ਨਾਲ, ਜਿਨ੍ਹਾਂ ਦੇ ਇਹਨਾਂ ਨੇ ਪੂਜਾ ਕੀਤੀ ਹੋਈ ਹੈ। ਇਹ ਦੱਸਿਆ ਵੀ ਇਹ ਅਯੋਧਿਆ ਤੋਂ ਚੱਲੇ ਨੇ ਜੀ, ਅਤੇ ਲੁਧਿਆਣੇ ਵੀ ਪੂਜਾ ਕੀਤੀ ਗਈ ਹੈ, ਅਤੇ ਇੱਥੇ ਵੀ ਇਹਨਾਂ ਨੇ ਆ ਕੇ 14 ਦਿਨ ਪੂਜਾ ਕੀਤੀ ਹੈ, ਅਤੇ ਬੜੇ ਸਨਮਾਨ ਨਾਲ ਬੜੇ ਪਿਆਰ ਨਾਲ ਨਿਯੋਤਾ ਦੇਣ ਆਏ ਨੇ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਸ਼੍ਰੀ ਰਾਮ। ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਸਾਡੇ ਸ਼੍ਰੀ ਰਾਮ ਚੰਦਰ ਜੀ ਅਯੋਧਿਆ ਦੇ ਵਿੱਚ ਵਾਪਸ ਆ ਰਹੇ ਨੇ, ਜਿਸ ਦਾ ਸਾਨੂੰ ਅੱਜ ਆਮੰਤਰਣ ਪੱਤਰ ਵੀ ਮਿਲਿਆ, ਸੱਦਾ ਮਿਲਿਆ। ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਹਿੰਦੂਆਂ ਵਾਸਤੇ, ਪੂਰੇ ਹਿੰਦੁਸਤਾਨ ਵਾਸਤੇ, ਕਿ ਜਿਹੜਾ ਅੱਜ ਉਪਰਾਲਾ ਹੋਇਆ ਤੇ ਸਾਡੇ ਸ਼੍ਰੀ ਰਾਮ ਚੰਦਰ ਜੀ ਅਯੋਧਿਆ ਦੇ ਵਿੱਚ ਫਿਰ ਤੋਂ ਚਰਨ ਪਾਉਣ ਜਾ ਰਹੇ ਨੇ, ਤੇ ਉਸੇ ਖੁਸ਼ੀ ਦੇ ਵਿੱਚ ਅਸੀਂ 21 ਤਰੀਕ ਨੂੰ ਰਮਾਇਣ ਦਾ ਆਪਣੀ ਬਾੜ ਦੇ ਵਿੱਚ ਪਾਠ ਰੱਖਿਆ, ਜਿਹਦਾ ਭੋਗ 22 ਤਰੀਕ ਨੂੰ ਪਏਗਾ, ਤੇ ਲੰਗਰ ਵੀ ਅਸੀਂ ਅਟੂਟ ਚਲਾਵਾਂਗੇ। ਜੈ ਸ਼੍ਰੀ ਰਾਮ। ਦੇਖੋ ਜੀ, ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਯੋਧਿਆ ਤੋਂ ਸਾਨੂੰ ਨਿਮੰਤਰਣ ਜੋ ਆਇਆ ਹੈ, ਸਾਡੀ ਬਾਰ ਦੇ ਵਿੱਚ ਤਾਂ ਅਸੀਂ ਸਾਰੇ ਧਰਮਾਂ ਦਾ ਰਿਸਪੈਕਟ ਕਰਦੇ ਹਾਂ ਜੀ। ਕਿਸੇ ਵੀ ਧਰਮ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਫੰਕਸ਼ਨ ਹੁੰਦਾ, ਅਸੀਂ ਸਾਰੇ ਮਿਲ ਜੁਲ ਕੇ ਉਹਨੂੰ ਇੰਜੋਏ ਕਰਦੇ ਹਾਂ, ਅਸੀਂ ਉਹਨੂੰ ਮਨਾਉਂਦੇ ਹਾਂ। ਇਸੇ ਤਰ੍ਹਾਂ ਜੇ ਸ਼੍ਰੀ ਰਾਮ ਚੰਦਰ ਜੀ ਦਾ ਅੱਜ ਅਯੋਧਿਆ ਤੋਂ ਸਾਨੂੰ ਨਿਮੰਤਰਣ ਆਇਆ, ਬੜੀ ਖੁਸ਼ੀ ਹੈ। ਸਾਡੇ ਕੋਲ 21 ਤਰੀਕ ਨੂੰ ਅਸੀਂ ਇੱਥੇ ਰਮਾਇਣ ਦਾ ਪਾਠ ਰੱਖਿਆ, ਅਤੇ 22 ਤਰੀਕ ਨੂੰ ਅਸੀਂ ਜਿਵੇਂ ਅਯੋਧਿਆ ਦੇ ਟਾਈਮ ਦੇ ਨਾਲ ਹੀ ਅਸੀਂ ਜਿਹੜਾ ਇੱਥੇ ਭੋਗ ਪਾਵਾਂਗੇ ਅਤੇ ਲੰਗਰ ਕਰਾਂਗੇ ਜੀ। ਜੈ ਸ਼੍ਰੀ ਰਾਮ। ਅੱਜ ਰਾਮ ਮੰਦਿਰ ਤੋਂ ਸਾਨੂੰ ਅਯੋਧਿਆ ਤੋਂ ਨਿਮੰਤਰਣ ਦੇਣ ਆਏ ਨੇ ਸਾਰੇ ਜੀ, ਅਤੇ ਉਸ ਨਿਮੰਤਰਣ ਦਾ ਅਸੀਂ ਤਹਿ ਦਿਲੋਂ ਸਵਾਗਤ ਕੀਤਾ ਹੈ ਜੀ, ਅਤੇ ਉਸ ਨਿਮੰਤਰਣ 'ਤੇ ਅਸੀਂ ਪੂਰੀ ਕੰਮ ਵੀ ਕਰਾਂਗੇ ਜੀ। ਅਤੇ ਸਾਡੀ ਬਾਰ 'ਚ ਵੀ 21 ਤਰੀਕ ਨੂੰ ਰਮਾਇਣ ਦਾ ਪਾਠ ਰੱਖਿਆ ਗਿਆ ਜੀ, ਅਤੇ ਨਾਲ ਹੀ ਲੰਗਰ ਦਾ ਪ੍ਰਸ਼ਾਦ ਰੱਖਿਆ ਜਾਏਗਾ ਜੀ, ਅਤੇ 22 ਤਰੀਕ ਨੂੰ ਉਹਦਾ ਭੋਗ ਹੋਏਗਾ ਜੀ। ਅੱਜ ਸਾਨੂੰ ਮੌਕਾ ਮਿਲਿਆ ਫਾਜ਼ਿਲਕਾ ਕੋਰਟ ਕੰਪਲੈਕਸ ਵਿੱਚ ਆਉਣ ਦਾ, 22 ਜਨਵਰੀ ਨੂੰ ਪ੍ਰਭੂ ਸ਼੍ਰੀ ਰਾਮ ਲਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਅਯੋਧਿਆ ਵਿੱਚ ਹੋਣ ਜਾ ਰਹੀ ਹੈ, ਉਹਦਾ ਨਿਮੰਤਰਣ ਦੇਣ ਦਾ ਮੌਕਾ ਅੱਜ ਸਾਨੂੰ, ਜਿੰਨੇ ਵੀ ਸਾਡੇ ਜੱਜ ਸਾਹਿਬਾਨ ਸੀਗੇ ਉਹਨਾਂ ਨੂੰ ਅਸੀਂ ਨਿਮੰਤਰਣ ਦੇ ਕੇ ਆਏ ਹਾਂ ਕਿ ਤੁਸੀਂ ਆਪਣੇ ਘਰ ਦੇ ਨਜ਼ਦੀਕ ਮੰਦਰ ਜਾਂ ਗੁਰਦੁਆਰੇ ਜਾ ਕੇ 22 ਜਨਵਰੀ ਦਾ ਕਾਰਜਕ੍ਰਮ ਜਿਹੜਾ ਹੈ ਉਹਨੂੰ ਆਪਾਂ ਮਨਾਉਣਾ ਹੈ, ਔਰ ਰਾਤ ਨੂੰ ਦੀਪਮਾਲਾ ਕਰਨੀ ਹੈ। ਤਾਂ ਇਸ ਤਰ੍ਹਾਂ ਦਾ ਨਿਮੰਤਰਣ ਅਸੀਂ ਅੱਜ ਪੂਰੇ ਜੁਡੀਸ਼ੀਅਲ ਕੰਪਲੈਕਸ ਵਿੱਚ ਦੇ ਕੇ ਆਏ ਹਾਂ। ਉਹਨਾਂ ਨੇ ਨਿਮੰਤਰਣ ਨੂੰ ਸਿਰ ਮੱਥੇ ਲਾਇਆ, ਅਤੇ ਉਹਨਾਂ ਨੇ ਕਿਹਾ ਅਸੀਂ ਜ਼ਰੂਰ ਇਸੇ ਤਰ੍ਹਾਂ ਹੀ ਜਿਵੇਂ ਕਾਰਜਕ੍ਰਮ ਹੈ ਉਵੇਂ ਹੀ ਅਸੀਂ ਕਰਾਂਗੇ। ਰਿਸਪੋਂਸ ਬਹੁਤ ਅੱਛਾ ਜੀ, ਕਿਉਂਕਿ ਰਾਮ ਲਲਾ ਜੀ ਦਾ ਹੈ ਜੀ ਕਾਰਜਕ੍ਰਮ, ਤਾਂ ਰਾਮ ਲਲਾ ਜੀ ਇਹਨੂੰ ਆਪਣੇ ਹਿਸਾਬ ਨਾਲ ਹੀ ਕਰਾ ਰਹੇ ਨੇ। ਅਸੀਂ ਨਿਮੰਤਰਣ ਦੇਣ ਜਾ ਰਹੇ ਹਾਂ, ਪਰ ਇਹਦੇ ਪਿੱਛੇ ਜਿਹੜੀ ਰਾਮ ਲਲਾ ਜੀ ਦੀ ਸਾਨੂੰ ਆਸ਼ੀਰਵਾਦ ਹੈ ਉਹਦੇ ਨਾਲ ਹੀ ਪਹੁੰਚ ਰਹੇ ਹਾਂ, ਔਰ ਸਾਨੂੰ ਸਾਡਾ ਸਵਾਗਤ ਵੀ ਬਹੁਤ ਭਵਿਆ ਤਰੀਕੇ ਨਾਲ ਕੀਤਾ ਜਾ ਰਿਹਾ, ਸਾਰਿਆਂ ਨੂੰ ਸਿਰ ਮੱਥੇ ਲਾ ਰਹੇ ਨੇ ਜੀ।